ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਕ ਪੰਜਾਬੀ ਦੀ ਕਹਾਣੀ ਪੜ੍ਹਾਂਗੇ ਜਿਹੜੀ ਕਿ ਇੰਗਲਿਸ਼ ਦੀ ਕਹਾਣੀ 'ਤੇ ਆਧਾਰਿਤ ਹੈ, ਬੰਤੇ ਦਾ ਘਰ, ਦ ਹਾਊਸ ਦੈਟ ਜੈਕ ਬਿਲਟ, ਅਤੇ ਕਹਾਣੀਆਂ ਅਤੇ ਤਸਵੀਰਾਂ ਪੁਸ਼ਪਿੰਦਰ ਕੌਰ। ਇੱਕ ਤਾਂ ਮੈਂ ਆਪਣੀ ਬੱਚੀ ਲਿੱਲੀ ਨੂੰ ਸਮਰਪਿਤ ਕਰਦੀ ਹਾਂ ਜੋ ਕਿ ਮੈਨੂੰ ਆਪਣੇ ਬੇਟੇ ਦਿਲਨ ਲਈ ਕਹਾਣੀਆਂ ਲਿਖਣ ਲਈ ਕਹਿੰਦੀ ਹੈ। ਬੰਤੇ ਦਾ ਘਰ, ਇਹ ਹੈ ਉਹ ਘਰ ਜਿਹੜਾ ਬੰਤੇ ਨੇ ਬਣਾਇਆ, ਇਹ ਹੈ ਉਹ ਕਣਕ ਜਿਹੜੀ ਪਈ ਉਸ ਘਰ ਵਿੱਚ ਜਿਹੜਾ ਬੰਤੇ ਨੇ ਬਣਾਇਆ, ਇਹ ਹੈ ਉਹ ਚੂਹਾ ਜਿਹਦੀ ਪੂਛ ਬੜੀ ਲੰਮੀ, ਜਿਸ ਖਾਧੀ ਉਹ ਕਣਕ ਜਿਹੜੀ ਪਈ ਉਸ ਘਰ ਵਿੱਚ ਜਿਹੜਾ ਬੰਤੇ ਨੇ ਬਣਾਇਆ, ਇਹ ਹੈ ਉਹ ਬਿੱਲੀ ਜਿਹਦੇ ਗਲ ਵਿੱਚ ਟੱਲੀ ਜਿਸ ਚੂਹੇ ਨੂੰ ਫਸਾਇਆ, ਜਿਹਦੀ ਪੂਛ ਬੜੀ ਲੰਮੀ, ਜਿਸ ਖਾਧੀ ਉਹ ਕਣਕ ਜਿਹੜੀ ਪਈ ਉਸ ਘਰ ਵਿੱਚ ਜਿਹੜਾ ਬੰਤੇ ਨੇ ਬਣਾਇਆ, ਇਹ ਹੈ ਉਹ ਕੁੱਤਾ ਜਿਹੜਾ ਸੁੱਤਾ ਰਾਤ ਸਾਰੀ ਜਿਹਨੂੰ ਬਿੱਲੀ ਨੇ ਡਰਾਇਆ, ਜਿਹਦੇ ਗਲ ਵਿੱਚ ਟੱਲੀ ਜਿਸ ਚੂਹੇ ਨੂੰ ਫਸਾਇਆ, ਜਿਹਦੀ ਪੂਛ ਬੜੀ ਲੰਮੀ, ਜਿਸ ਖਾਧੀ ਉਹ ਕਣਕ ਜਿਹੜੀ ਪਈ ਉਸ ਘਰ ਵਿੱਚ ਜਿਹੜਾ ਬੰਤੇ ਨੇ ਬਣਾਇਆ, ਇਹ ਹੈ ਉਹ ਗਾਂ ਜਿਹੜੀ ਕੁੰਡਲੇ ਸਿੰਘਾਂ ਵਾਲੀ, ਜਿਸ ਕੁੱਤੇ ਨੂੰ ਸਤਾਇਆ, ਜਿਹੜਾ ਸੁੱਤਾ ਰਾਤ ਸਾਰੀ ਜਿਹਨੂੰ ਬਿੱਲੀ ਨੇ ਡਰਾਇਆ, ਜਿਹਦੇ ਗਲ ਵਿੱਚ ਟੱਲੀ ਜਿਸ ਚੂਹੇ ਨੂੰ ਫਸਾਇਆ, ਜਿਹਦੀ ਪੂਛ ਬੜੀ ਲੰਮੀ, ਜਿਸ ਖਾਧੀ ਉਹ ਕਣਕ ਜਿਹੜੀ ਪਈ ਉਸ ਘਰ ਵਿੱਚ ਜਿਹੜਾ ਬੰਤੇ ਨੇ ਬਣਾਇਆ, ਇਹ ਹੈ ਉਹ ਕੁੜੀ ਜਿਹੜੀ ਬੰਤੇ ਦੀ ਕਰਵਾਲੀ, ਜਿਹਦੀ ਗੁੱਤ ਲੰਮੀ ਕਾਲੀ, ਜਿਸ ਗਾਂ ਦਾ ਦੁੱਧ ਚੋਇਆ, ਜਿਹੜੀ ਕੁੰਡਲੇ ਸਿੰਘਾਂ ਵਾਲੀ, ਜਿਸ ਕੁੱਤੇ ਨੂੰ ਸਤਾਇਆ, ਜਿਹੜਾ ਸੁੱਤਾ ਰਾਤ ਸਾਰੀ ਜਿਹਨੂੰ ਬਿੱਲੀ ਨੇ ਡਰਾਇਆ, ਜਿਹਦੇ ਗਲ ਵਿੱਚ ਟੱਲੀ ਜਿਸ ਚੂਹੇ ਨੂੰ ਫਸਾਇਆ, ਜਿਹਦੀ ਪੂਛ ਬੜੀ ਲੰਮੀ, ਜਿਸ ਖਾਧੀ ਉਹ ਕਣਕ ਜਿਹੜੀ ਪਈ ਉਸ ਘਰ ਵਿੱਚ ਜਿਹੜਾ ਬੰਤੇ ਨੇ ਬਣਾਇਆ, ਇਹ ਹੈ ਉਹ ਚਾਟੀ ਖੀਰ ਮਿੱਠੀ ਅਤੇ ਸਵਾਦੀ, ਜਿਹੜੀ ਕੁੜੀ ਨੇ ਪਕਾਈ, ਜਿਹਦੀ ਗੁੱਤ ਲੰਮੀ ਕਾਲੀ, ਜਿਸ ਗਾਂ ਦਾ ਦੁੱਧ ਚੋਇਆ, ਜਿਹੜੀ ਕੁੰਡਲੇ ਸਿੰਘਾਂ ਵਾਲੀ, ਜਿਸ ਕੁੱਤੇ ਨੂੰ ਸਤਾਇਆ, ਜਿਹਦਾ ਸੁੱਤਾ ਰਾਤ ਸਾਰੀ ਜਿਹਨੂੰ ਬਿੱਲੀ ਨੇ ਡਰਾਇਆ, ਜਿਹਦੇ ਗਲ ਵਿੱਚ ਟੱਲੀ ਜਿਸ ਚੂਹੇ ਨੂੰ ਫਸਾਇਆ, ਜਿਹਦੀ ਪੂਛ ਬੜੀ ਲੰਮੀ, ਜਿਸ ਖਾਧੀ ਉਹ ਕਣਕ ਜਿਹੜੀ ਪਈ ਉਸ ਘਰ ਵਿੱਚ ਜਿਹੜਾ ਬੰਤੇ ਨੇ ਬਣਾਇਆ, ਇਹ ਹੈ ਉਹ ਬਾਬਾ ਜਿਹੜਾ ਬੰਤੇ ਦਾ ਹੈ ਬਾਪੂ, ਜਿਹਦੀ ਦੁੱਧ ਚਿੱਟੀ ਦਾਣੀ, ਜਿਹਦੇ ਹੱਥ ਵਿੱਚ ਚੱਟ, ਜਿਸ ਖੀਰ ਸਾਰੀ ਖਾਧੀ ਜਿਹੜੀ ਮਿੱਠੀ ਅਤੇ ਸਵਾਦੀ, ਜਿਹੜੀ ਕੁੜੀ ਨੇ ਪਕਾਈ, ਜਿਹਦੀ ਗੁੱਤ ਲੰਮੀ ਕਾਲੀ, ਜਿਸ ਗਾਂ ਦਾ ਦੁੱਧ ਚੋਇਆ, ਜਿਹੜੀ ਕੁੰਡਲੇ ਸਿੰਘਾਂ ਵਾਲੀ, ਜਿਸ ਕੁੱਤੇ ਨੂੰ ਸਤਾਇਆ, ਜਿਹੜਾ ਸੁੱਤਾ ਰਾਤ ਸਾਰੀ ਜਿਹਨੂੰ ਬਿੱਲੀ ਨੇ ਡਰਾਇਆ, ਜਿਹਦੇ ਗਲ ਵਿੱਚ ਟੱਲੀ ਜਿਸ ਚੂਹੇ ਨੂੰ ਫਸਾਇਆ, ਜਿਹਦੀ ਪੂਛ ਬੜੀ ਲੰਮੀ, ਜਿਸ ਖਾਧੀ ਉਹ ਕਣਕ ਜਿਹੜੀ ਪਈ ਉਸ ਘਰ ਵਿੱਚ ਜਿਹੜਾ ਬੰਤੇ ਨੇ ਬਣਾਇਆ, ਇਹ ਹੈ ਉਹ ਘਰ ਜਿਹੜਾ ਬੰਤੇ ਨੇ ਬਣਾਇਆ। ਇਹ ਕਹਾਣੀ ਪੜ੍ਹੋ, ਦੁਬਾਰਾ ਸੁਣੋ ਅਤੇ ਇੰਜੋਏ ਕਰੋ ਅਤੇ ਪੰਜਾਬ ਦੀਆਂ ਯਾਦਾਂ ਨੂੰ ਤਾਜ਼ਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।